ਵਰਡਸ ਹੀ ਨਹੀਂ ਐਕਸਪ੍ਰੈਸ ਕਰਨ ਲਈ ਇੰਨਾ ਜ਼ਿਆਦਾ ਗਲੈਡ ਫੀਲ ਹੋ ਰਿਹਾ ਹੈ ਮੰਮਾ ਪਾਪਾ ਨੇ ਇੰਨਾ ਐਫਰਟਸ ਕਰਕੇ ਅਤੇ ਬ੍ਰਦਰ ਦੇ ਵੀ ਹਾਰਡ ਵਰਕ ਨਾਲ ਉਹ ਇੰਨਾ ਮੀਨਸ ਇੰਨਾ ਉੱਚਾ ਪੁੱਜੇ ਆ ਬੜਾ ਪ੍ਰਾਊਡ ਫੀਲ ਹੋ ਰਿਹਾ ਇੱਕਦਮ ਤਾਂ ਮੀਨਸ ਤੁਹਾਨੂੰ ਅਚੀਵ ਨਹੀਂ ਹੁੰਦਾ ਤੁਹਾਡਾ ਗੋਲ ਲੇਕਿਨ ਜੇ ਤੁਸੀਂ ਸਟਰਗਲ ਕਰੋਗੇ ਹਾਰਡਵਰਕ ਕਰੋਗੇ ਆਪਣੇ ਐਫਰਟਸ ਨਾਲ ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ ਮਿਹਨਤ ਕਰਨੀ ਪੈਂਦੀ ਹੈ ਸਰ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਹੈ ਸਾਡੇ ਨਿਊਜ਼ 18 ਚੈਨਲ ਵੱਲੋਂ ਕਿ ਤੁਹਾਡੇ ਬੇਟੇ ਨੇ ਇੱਕ ਐਡਾ ਵੱਡਾ ਮੁਕਾਮ ਹਾਸਿਲ ਕੀਤਾ ਹੈ ਥੈਂਕ ਯੂ ਵੈਰੀ ਮੱਚ ਸਰ ਰਵਿੰਦਰ ਜੀ ਦੱਸੋ ਕਿ ਬੇਟਾ ਕਿਸ ਤਰ੍ਹਾਂ ਉਹਦੀ ਸਟਾਰਟਿੰਗ ਜਿਹੜੀ ਐਜੂਕੇਸ਼ਨ ਸੀਗੀ ਉਹ ਕਿਸ ਤਰ੍ਹਾਂ ਕਿੱਥੋਂ ਉਹਨੇ ਲਈ ਔਰ ਕਿਸ ਤਰ੍ਹਾਂ ਉਹਦਾ ਸਫ਼ਰ ਰਿਹਾ ਜਿਹੜਾ ਅਮੈਰੀਕਾ ਪਹੁੰਚਣ ਦਾ ਅਤੇ ਉੱਥੇ ਭਰਤੀ ਹੋਣ ਦਾ ਦੇਖੋ ਜੀ ਸੰਘਰਸ਼ਪੂਰਨ ਉਹਦਾ ਲਾਈਫ ਸਟਾਈਲ ਰਿਹਾ ਕਿਉਂਕਿ 4 ਸਤੰਬਰ 1994 ਤੋਂ ਆਪਣੇ ਬਰਥ ਤੋਂ ਬਾਅਦ ਉਹ ਆਪਣੇ ਲਗਨ ਨਾਲ ਸਟੱਡੀ ਵਾਲੇ ਪਾਸੇ ਹੀ ਲੱਗਿਆ ਰਿਹਾ ਅਤੇ ਉਸ ਤੋਂ ਬਾਅਦ ਉਸਨੇ ਭੰਗਾਲੇ ਤੋਂ ਆਪਣੀ ਅਗਲੀ ਪੜ੍ਹਾਈ ਹਾਸਲ ਕੀਤੀ ਮਾਨਸਰ 'ਚ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਫਿਰ +1 +2 ਨੌਨ ਮੈਡੀਕਲ SPN ਕਾਲਜ ਮੁਕੇਰੀਆਂ ਤੋਂ ਕਰਨ ਤੋਂ ਬਾਅਦ ਉਹਨੇ ਅਰਨੀ ਯੂਨੀਵਰਸਿਟੀ ਹਿਮਾਚਲ ਦੇ ਵਿੱਚੋਂ BTECH ਮਕੈਨੀਕਲ ਅੱਛੇ ਗ੍ਰੇਡ ਨਾਲ ਪਾਸ ਕੀਤੀ ਉਸ ਤੋਂ ਬਾਅਦ ਉਸਨੇ ਗੈਮਨ ਇੰਡੀਆ ਦੇ ਵਿੱਚ ਐਜ਼ ਏ ਇੰਜੀਨੀਅਰ 3 ਸਾਲ ਕੰਮ ਕੀਤਾ ਬੰਗਲੌਰ ਅਤੇ ਬਿਹਾਰ ਵਿੱਚ ਅਤੇ ਉਸ ਤੋਂ ਬਾਅਦ ਉਸਦਾ ਹੋਰ ਅੱਗੇ ਵਧਣ ਦਾ ਇਰਾਦਾ ਲੈ ਕੇ ਵਿਦੇਸ਼ ਦੀ ਧਰਤੀ 'ਤੇ ਅਮੈਰੀਕਾ ਲੀਗਲ ਵੇ ਨਾਲ ਗਿਆ ਉੱਥੇ ਜਾ ਕੇ ਉਹਨੇ ਆਰਮੀ ਦੀ ਟਰਾਈ ਕੀਤੀ ਅਤੇ ਆਰਮੀ ਦੇ ਵਿੱਚੋਂ ਟੈਸਟ ਕਲੀਅਰ ਕੀਤਾ ਟੈਸਟ ਕਲੀਅਰ ਕਰਨ ਤੋਂ ਬਾਅਦ ਉਹਨਾਂ ਨੇ ਉਹਨੂੰ ਤੁਰੰਤ ਜੁਆਇਨ ਕਰਨ ਲਈ ਕਿਹਾ ਅਤੇ ਸਾਨੂੰ ਬੜਾ ਮਹਿਸੂਸ ਹੋਇਆ ਮਾਣ ਮਹਿਸੂਸ ਹੋਇਆ ਕਿ ਬੱਚੇ ਨੂੰ ਉੱਥੇ ਔਫਰ ਆਈ ਪਰ ਸਾਡੀ ਮਜਬੂਰੀ ਸੀ ਕਿਉਂਕਿ ਬੇਟੀ ਦੀ ਸ਼ਾਦੀ ਸੀ ਅਤੇ ਅਸੀਂ ਉਹਨੂੰ ਕਿਹਾ ਕਿ ਤੂੰ ਬੇਟੇ ਦੀ ਸ਼ਾਦੀ ਤੋਂ ਬਾਅਦ ਜੁਆਇਨ ਕਰਨਾ ਫਿਰ ਉਸਨੇ ਆਰਮੀ ਨੂੰ ਕਿਹਾ ਕਿ ਮੈਂ ਭੈਣ ਦੀ ਸ਼ਾਦੀ ਕਰਨ ਤੋਂ ਬਾਅਦ ਆ ਕੇ ਜੁਆਇਨ ਕਰਾਂਗਾ ਉਹਨਾਂ ਨੇ ਉਹਦੀ ਉਹ ਗੱਲ ਮੰਨ ਲਈ ਫਿਰ ਜਦੋਂ ਇੰਡੀਆ ਆਇਆ ਭੈਣ ਦੀ ਸ਼ਾਦੀ ਕਰਕੇ ਵਾਪਸ ਗਿਆ ਅਤੇ ਉਹਨਾਂ ਨੇ ਤੁਰੰਤ ਉਹਨੂੰ ਆਪਣੇ ਕੋਲ ਬੁਲਾਇਆ US ਆਰਮੀ ਨੇ ਉਹਦਾ ਫਿਜ਼ੀਕਲ ਅਤੇ ਮੈਡੀਕਲ ਕਰਕੇ ਉਹਨੂੰ ਟ੍ਰੇਨਿੰਗ 'ਤੇ ਭੇਜ ਦਿੱਤਾ ਜੋ ਕਿ ਕੱਲ੍ਹ ਹੀ ਕੰਪਲੀਟ ਹੋਈ ਹੈ ਅਤੇ ਕੱਲ੍ਹ ਬੜਾ ਫਖਰ ਮਹਿਸੂਸ ਹੋਇਆ ਜਿਸ ਵੇਲੇ US ਆਰਮੀ ਦੀ ਕਨਵੋਕੇਸ਼ਨ ਦੇ ਵਿੱਚ ਅਨਾਊਂਸਰ ਨੇ ਅਨਾਊਂਸ ਕੀਤਾ ਕਿ ਸਪੈਸ਼ਲਿਸਟ ਠਾਕੁਰ ਇਜ਼ ਮਕੈਨੀਕਲ ਇੰਜੀਨੀਅਰ ਦੈਟ ਮੀਨਸ ਹੀ ਹੈਜ਼ ਆਲਰੇਡੀ ਗ੍ਰੈਜੂਏਟਡ ਫਰੋਮ ਹਿਜ਼ ਕੰਟਰੀ ਤੋ ਮੈਂ ਇੰਡੀਅਨ ਨੌਜਵਾਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਅਗਰ ਤੁਸੀਂ ਅੱਛੀ ਕੁਆਲੀਫਿਕੇਸ਼ਨ ਲੈ ਕੇ ਵਿਦੇਸ਼ 'ਚ ਜਾਂਦੇ ਹੋ ਤਾਂ ਤੁਹਾਨੂੰ ਰੈਕੋਗਨੀਸ਼ਨ ਮਿਲੇਗੀ ਤੁਹਾਨੂੰ ਚੰਗੀ ਬਿਹਤਰੀ ਵਾਲੀ ਜ਼ਿੰਦਗੀ ਜੀਣ ਦਾ ਮੌਕਾ ਮਿਲੇਗਾ ਅਤੇ ਜੀ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਉਹਨਾਂ ਦੇ ਫਾਦਰ ਦਾ ਰਵਿੰਦ ਕੀ ਕਹਿਣਾ ਹੈ ਉੱਥੇ ਉਹਨਾਂ ਦੀ ਮਦਰ ਨਾਲ ਵੀ ਗੱਲਬਾਤ ਕਰਦੇ ਵਿਨੋਦ ਦੀ ਭੈਣ ਜੀ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜਦੋਂ ਪਤਾ ਲੱਗਾ ਕਿ ਬੇਟੇ ਨੇ ਅਮੈਰੀਕਾ ਦੇ ਵਿੱਚ ਭਰਤੀ ਹੋ ਗਿਆ ਅਤੇ ਇੱਕ ਮੁਕਾਮ ਹਾਸਿਲ ਕੀਤਾ ਉਸ ਵਕਤ ਇੱਕ ਮਾਂ ਦੀ ਕੀ ਤੁਹਾਡਾ ਸੀਗਾ ਸੋਚਣੀ ਉਸ ਹਾਂ ਬਹੁਤ ਵਧੀਆ ਲੱਗਾ ਕਿ ਬੱਚਾ ਅੱਜ ਕਾਮਯਾਬ ਹੋ ਗਿਆ ਹੈ ਅਤੇ ਪ੍ਰਾਊਡ ਫੀਲ ਹੋਇਆ ਬਹੁਤ ਅੱਛਾ ਇਹ ਦੱਸੋ ਤੁਹਾਡਾ ਬੇਟੇ ਮਾਂ ਪੁੱਤ ਦਾ ਰਿਸ਼ਤਾ ਜਿਹੜਾ ਆ ਉਹ ਸਭ ਤੋਂ ਅਨੋਖਾ ਹੁੰਦਾ ਦੁਨੀਆ ਦੇ ਵਿੱਚ ਕਿੱਦਾਂ ਦਾ ਬੇਟਾ ਮਤਲਬ ਇਹਦਾ ਸੁਭਾਅ ਕਿਸ ਤਰ੍ਹਾਂ ਦਾ ਸੀਗਾ ਔਰ ਬਚਪਨ 'ਚ ਕਿਸ ਤਰ੍ਹਾਂ ਦਾ ਸੀਗਾ ਬਹੁਤ ਅੱਛਾ ਜਿਹਨੂੰ ਕਹਿੰਦੇ ਮਾਂ ਦਾ ਲਾਡਲਾ ਉਸੇ ਤਰ੍ਹਾਂ ਦਾ ਇਹ ਵਧੀਆ
ਅੱਛਾ ਭੈਣ ਜੀ, ਇੱਕ ਗੱਲ ਦੱਸੋ ਮੈਨੂੰ ਕਿ ਹੋਰ ਤੁਸੀਂ ਬੱਚਿਆਂ ਨੂੰ ਕੀ ਸੰਦੇਸ਼ ਦਿਓਗੇ ਜਿਹਨਾਂ ਦੇ ਮਾਂ ਪੁੱਤ ਜਿਹੜੇ ਮਾਵਾਂ ਦੇ ਹੈਗੇ ਆ ਵਿਦੇਸ਼ 'ਚ ਰਹਿੰਦੇ ਨੇ, ਉੱਥੇ ਮਿਹਨਤ ਕਰ ਰਹੇ ਨੇ, ਜਿਸ ਤਰ੍ਹਾਂ ਤੁਹਾਡਾ ਬੇਟਾ ਕਾਮਯਾਬ ਹੋਇਆ ਅੱਜ ਆਰਮੀ ਦੇ ਵਿੱਚ ਭਰਤੀ ਹੋ ਗਿਆ, ਤਾਂ ਤੁਸੀਂ ਹੋਰ ਮਾਵਾਂ ਨੂੰ ਜਾਂ ਬੱਚਿਆਂ ਨੂੰ ਕੀ ਸੰਦੇਸ਼ ਦਿਓਗੇ? ਹਾਂ, ਮਿਹਨਤ ਕਰੋ, ਫਲ ਮਿਲੇਗਾ, ਕਿ ਜਿਹੜੇ ਕੰਮ ਦੇ ਪਿੱਛੇ ਪੈ ਜਾਂਦੇ ਉਹਨੂੰ ਲਗਨ ਨਾਲ ਕਰੋ ਜੀ। ਬਿਲਕੁਲ, ਸਾਡੇ ਨਾਲ ਵਿਨੋਦ ਦੀ ਸਿਸਟਰ ਵੀ ਮੌਜੂਦ ਨੇ, ਥੋੜ੍ਹਾ ਲਾਗੇ ਆ ਜਾਓ, ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ, ਕਿਉਂਕਿ ਭੈਣ ਭਰਾ ਦਾ ਰਿਸ਼ਤਾ ਜਿਹੜਾ ਇੱਕ ਬੜਾ ਹੀ ਸ਼ਰਾਰਤੀ ਭਰਾ ਰਿਸ਼ਤਾ ਹੁੰਦਾ ਨੇ, ਅਤੇ ਗੱਲਬਾਤ ਕਰ ਲੈਂਦੇ ਕਿਸ ਤਰ੍ਹਾਂ ਵਿਨੋਦ ਜਦੋਂ ਬਚਪਨ 'ਚ ਤੁਸੀਂ ਇਕੱਠੇ ਭੈਣ ਭਰਾ ਰਹੇ ਹੋ, ਕਿੱਦਾਂ ਕੁ ਸ਼ਰਾਰਤੀ ਸੀਗਾ, ਕਿਸ ਤਰ੍ਹਾਂ ਦਾ ਸੀਗਾ? ਨਹੀਂ, ਸਾਡਾ ਬੋਂਡ ਕਾਫੀ ਲਵਿੰਗ ਸੀਗਾ ਬਈਆ, ਕਾਫੀ ਪਿਆਰ ਕਰਦੇ ਸੀਗੇ, ਜਿੱਦਾਂ ਸਕੂਲ ਵੀ ਆਪਾਂ ਇੱਕੋ ਹੀ ਸਕੂਲ ਪੜ੍ਹੇ, ਇਕੱਠੇ ਪੜ੍ਹਨ ਜਾਂਦੇ ਸੀ, ਮੇਰਾ ਬੈਗ ਵੀ ਉਹੀ ਈਵਨ ਚੁੱਕ ਕੇ ਘਰ ਆਉਂਦੇ ਹੁੰਦੇ ਸੀ, ਕੁਕਿੰਗ ਵੀ ਕਰ ਲੈਂਦੇ ਸੀ ਮੇਰੇ ਲਈ, ਅਤੇ ਪੂਰਾ ਉਹ ਕਰਦੇ ਸੀ। ਅੱਛਾ, ਇਹ ਗੱਲ ਦੱਸੋ ਕਿ ਜਦੋਂ ਪਤਾ ਲੱਗਾ ਤੁਹਾਨੂੰ ਕਿ ਤੁਹਾਡੇ ਬ੍ਰਦਰ ਨੂੰ ਅਮੈਰੀਕਾ ਦੀ ਆਰਮੀ ਦੇ ਵਿੱਚ ਐਜ਼ ਏ ਮੈਡੀਕਲ ਸਪੈਸ਼ਲਿਸਟ ਰੈਂਕ ਮਿਲ ਕੇ ਭਰਤੀ ਹੋ ਗਿਆ, ਉਸ ਵਕਤ ਇੱਕ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋਈ ਤੁਹਾਨੂੰ? ਵਰਡਸ ਹੀ ਨਹੀਂ ਐਕਸਪ੍ਰੈਸ ਕਰਨ ਲਈ, ਇੰਨਾ ਜ਼ਿਆਦਾ ਗਲੈਡ ਫੀਲ ਹੋ ਰਿਹਾ ਹੈ, ਮੰਮਾ ਪਾਪਾ ਨੇ ਇੰਨਾ ਐਫਰਟਸ ਕਰਕੇ ਅਤੇ ਬ੍ਰਦਰ ਦੇ ਵੀ ਹਾਰਡ ਵਰਕ ਨਾਲ ਉਹ ਇੰਨਾ ਮੀਨਸ ਇੰਨਾ ਉੱਚਾ ਪੁੱਜੇ ਆ, ਬੜਾ ਪ੍ਰਾਊਡ ਫੀਲ ਹੋ ਰਿਹਾ ਜੀ। ਅਤੇ ਤੁਸੀਂ ਇਹ ਗੱਲ ਦੱਸੋ ਮੈਨੂੰ ਕਿ ਜਦੋਂ ਤੁਹਾਡੀ ਲਾਸਟ ਟਾਈਮ ਕਦੋਂ ਆਪਣੇ ਬ੍ਰਦਰ ਨਾਲ ਹੁਣ ਗੱਲ ਹੋਈ ਹੈ, ਜਦੋਂ ਲਾਸਟ ਫੋਨ ਆਇਆ ਤੁਹਾਡਾ? ਮੋਰਨਿੰਗ ਹੋਈ ਹੈ ਬਈਆ ਨਾਲ ਗੱਲ, ਅਤੇ ਹੁਣ ਤੁਸੀਂ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ? ਹਾਂਜੀ, ਹੁਣ ਉਹਨਾਂ ਨੂੰ ਮੈਸੇਜ ਕੀਤਾ, ਲੇਕਿਨ ਉਹ ਡਿਊਟੀ 'ਤੇ ਆ, ਸੋ ਕੋਲ ਨਹੀਂ ਕਰ ਸਕਦੇ। ਅਤੇ ਤੁਸੀਂ ਕੀ ਮੈਸੇਜ ਦਿਓਗੇ ਹੋਰ ਵੀ ਨੌਜਵਾਨ ਜਿਹੜੇ ਪੰਜਾਬ ਤੋਂ ਬਾਹਰ ਵਿਦੇਸ਼ਾਂ 'ਚ ਵਿੱਚ ਸਟਰਗਲ ਕਰ ਰਹੇ ਨੇ, ਕੀ ਮੈਸੇਜ ਦਿਓਗੇ ਜਿਸ ਤਰ੍ਹਾਂ ਤੁਹਾਡਾ ਬ੍ਰਦਰ ਸਕਸੈਸ ਹੋਇਆ ਇਸ ਵਿੱਚ? ਇੱਕਦਮ ਤਾਂ ਮੀਨਸ ਤੁਹਾਨੂੰ ਅਚੀਵ ਨਹੀਂ ਹੁੰਦਾ ਤੁਹਾਡਾ ਗੋਲ, ਲੇਕਿਨ ਜੇ ਤੁਸੀਂ ਸਟਰਗਲ ਕਰੋਗੇ, ਹਾਰਡਵਰਕ ਕਰੋਗੇ ਆਪਣੇ ਐਫਰਟਸ ਨਾਲ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ, ਮਿਹਨਤ ਕਰਨੀ ਪੈਂਦੀ ਆ ਜੀ। ਬਿਲਕੁਲ, ਸਾਡੇ ਨਾਲ ਇੱਕ ਹੋਰ ਸ਼ਖਸ ਮੌਜੂਦ ਨੇ, ਵਿਨੋਦ ਦੇ ਕਜ਼ਨ ਆਪਾਂ ਕਹਿ ਸਕਦੇ ਹੋ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ। ਸਰ, ਤੁਸੀਂ ਇਹ ਦੱਸੋ ਕਿ ਤੁਸੀਂ ਵੀ ਆਰਮੀ ਦੇ ਵਿੱਚ ਇੱਕ ਆਫਿਸਰ ਹੋ, US ਵਿੱਚ ਜਾ ਕੇ ਕਰਨਾ ਅਤੇ ਇੰਡੀਅਨ ਆਰਮੀ ਦੇ ਵਿੱਚ ਵੀ ਭਰਤੀ ਹੋਣਾ ਕੋਈ ਈਜ਼ੀ ਤਾਂ ਹੈ ਨਹੀਂ, ਕਿਸ ਤਰ੍ਹਾਂ ਲੱਗਦਾ ਕਿ ਕਿੰਨਾ ਕੁ ਔਖਾ ਹੁੰਦਾ ਆ? ਫਸਟ ਆਫ ਆਲ ਆਈ ਵਿਲ ਟੈਲ ਯੂ ਕਿ ਕੋਈ ਵੀ ਫੋਰਸਿਸ ਹੈ, ਰੈਦਰ ਇੰਡੀਅਨ ਆਰਮੀ ਔਰ US ਆਰਮੀ, ਆਲ ਦੀ ਫੋਰਸਿਸ ਆਰ ਸੇਮ, ਨੋ ਮੈਟਰ ਵਿਚ ਆਫ ਦੀ ਫੋਰਸਿਸ ਯੂ ਆਰ ਸਰਵਿੰਗ, ਦੀ ਓਨਲੀ ਥਿੰਗ ਦੈਟ ਇਜ਼ ਰਿਕੁਆਇਰਡ ਇਜ਼ ਯੋਰ ਡੈਡੀਕੇਸ਼ਨ, ਯੋਰ ਹਾਰਡ ਵਰਕ, ਐਂਡ ਇਟਸ ਅਫਕੋਰਸ ਇਟ ਇਜ਼ ਡਿਫੀਕਲਟ, ਟ੍ਰੇਨਿੰਗ ਇਜ਼ ਆਲਸੋ ਆਲਵੇਜ਼ ਸੀਮ ਟੂ ਬੀ ਡਿਫੀਕਲਟ ਫੇਜ਼, ਬਟ ਸਮਵਨ ਇਜ਼ ਗੋਇੰਗ ਥਰੂ ਦੈਟ ਫੇਜ਼ ਇਜ਼ ਆਲਵੇਜ਼ ਯੂ ਨੋ ਦੈਟ ਸਪੋਰਟ ਦੈਟ ਇਜ਼ ਰਿਕੁਆਇਰਡ ਫਰੋਮ ਦੀ ਫੈਮਲੀ, ਐਂਡ ਫੈਮਲੀ ਹੈਜ਼ ਗਿਵਨ ਦੈਮ, ਐਂਡ ਆਈ ਮਾਸਲ ਫੀਲ ਵੈਰੀ ਪ੍ਰਾਊਡ ਵੈਨ ਹਿਜ਼ ਨੇਮ ਵਾਸ ਬੀਂਗ ਅਨਾਊਂਸਡ ਇਨ ਫਰੰਟ ਆਫ all the cadre officers over there, and being a specialist and very well qualified person from India, and his name was announced in the first from the Alpha company, I was myself feeling very immense happy, immense joyful that yes, he has done something very well, achieved something very high thing in their life and made their family feel proud.